ਸਤਿ ਸ਼੍ਰੀ ਅਕਾਲ ਜੀ, ਬੋਲੀ ਹੋਈ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਪੰਜਾਬੀ ਫਿਲਮ ਇੰਡਸਟਰੀ ਤੋਂ ਬਹੁਤ ਹੀ ਦੁੱਖ ਭਰੀ ਖਬਰ ਆ ਰਹੀ ਆ ਕਿ ਨਾਮਵਰ ਪੋਲੀਵੁੱਡ ਅਤੇ ਬਾਲੀਵੁੱਡ ਐਕਟਰ ਸਤੀਸ਼ ਕੌਲ ਜੀ ਇਹ ਸੰਸਾਰ ਵਿੱਚ ਨਹੀਂ ਰਹੇ। ਉਹਨਾਂ ਨੇ 300 ਤੋਂ ਵੀ ਜ਼ਿਆਦਾ ਹਿੰਦੀ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ, ਇਸ ਤੋਂ ਬਿਨਾਂ ਉਹਨਾਂ ਨੇ ਸੀਰੀਅਲਸ ਵਿੱਚ ਵੀ ਕੰਮ ਕੀਤਾ, ਪਰ ਆਖਰ ਉਹਨਾਂ ਦਾ ਅੱਜ ਦੇਹਾਂਤ ਹੋ ਗਿਆ। 10 ਅਪ੍ਰੈਲ 2021 ਨੂੰ ਲੁਧਿਆਣਾ ਵਿਖੇ ਉਹਨਾਂ ਦੀ ਮੌਤ ਦਾ ਅਸਲ ਕਾਰਨ ਕੀ ਰਿਹਾ ਉਹਦੇ ਬਾਰੇ ਆਪਾਂ ਪੂਰੇ ਵਿਸਥਾਰ ਵਿੱਚ ਗੱਲਬਾਤ ਕਰਾਂਗੇ। ਸੋ ਸਤੀਸ਼ ਕੌਲ ਜੀ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਚੱਲਦੀ ਵੀਡੀਓ ਨੂੰ ਲਾਈਕ ਕਰੋ ਅਤੇ ਨਾਲ ਦੀਆਂ ਕਮੈਂਟਾਂ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ। ਸੋ ਆਪਾਂ ਅੱਜ ਦੀ ਵੀਡੀਓ ਵਿੱਚ ਸਤੀਸ਼ ਕੌਲ ਜੀ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਦੇ ਜੀਵਨ 'ਤੇ ਪੂਰੇ ਵਿਸਥਾਰ ਵਿੱਚ ਗੱਲਬਾਤ ਕਰਾਂਗੇ, ਉਹਨਾਂ ਦੇ ਫੈਮਿਲੀ, ਉਹਨਾਂ ਦੇ ਕਰੀਅਰ, ਸੰਘਰਸ਼ ਬਾਰੇ ਗੱਲਬਾਤ ਕਰਾਂਗੇ ਅਤੇ ਉਹਨਾਂ ਦੀ ਮੌਤ ਦਾ ਅਸਲ ਕਾਰਨ ਕੀ ਰਿਹਾ ਉਹਦੇ ਬਾਰੇ ਵੀ ਆਪਾਂ ਪੂਰੇ ਵਿਸਥਾਰ ਵਿੱਚ ਚਰਚਾ ਕਰਾਂਗੇ। ਸੋ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ। ਹੁਣ ਤੁਹਾਡਾ ਜ਼ਰਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਸਤੀਸ਼ ਕੌਲ ਜੀ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਸਤੀਸ਼ ਕੌਲ ਸਾਹਿਬ ਦਾ ਜਨਮ ਕਸ਼ਮੀਰੀ ਸੰਗੀਤ ਦੇ ਰੰਗ ਵਿੱਚ ਰੰਗੇ ਪਰਿਵਾਰ ਵਿੱਚ 26 ਸਤੰਬਰ 1948 ਨੂੰ ਕਸ਼ਮੀਰ ਵਿਖੇ ਹੋਇਆ। ਘਰ ਵਿੱਚ ਹੀ ਕਲਾ ਦਾ ਮਾਹੌਲ ਹੋਣ ਕਰਕੇ ਉਹਨਾਂ ਦੀ ਅਦਾਕਾਰੀ ਵਿੱਚ ਰੁਚੀ ਬਣ ਗਈ। ਕਾਲਜ ਦੀ ਪੜ੍ਹਾਈ ਤੋਂ ਬਾਅਦ ਸਤੀਸ਼ ਕੌਲ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਪੁਣੇ ਵਿਖੇ ਅਦਾਕਾਰੀ ਦੀਆਂ ਬਰੀਕੀਆਂ ਸਿੱਖਣ ਚਲੇ ਗਏ। ਇੱਕ ਦਿਨ ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਰਾਮਾਨੰਦ ਸਾਗਰ ਸਾਹਿਬ ਨੇ ਉਹਨਾਂ ਨੂੰ ਵੇਖਿਆ ਅਤੇ ਉਹ ਸਤੀਸ਼ ਕੌਲ ਦੀ ਐਕਟਿੰਗ ਤੋਂ ਇੰਨੇ ਪ੍ਰਭਾਵਿਤ ਹੋਏ, ਉਹਨਾਂ ਨੂੰ ਇੰਸਟੀਚਿਊਟ ਤੋਂ ਹੀ ਆਪਣੇ ਨਾਲ ਮੁੰਬਈ ਆਪਣੀ ਫਿਲਮ ਵਿੱਚ ਮੁੱਖ ਕਿਰਦਾਰ ਨਿਭਾਉਣ ਲਈ ਚੁਣ ਕੇ ਲੈ ਗਏ। ਇਸ ਤਰ੍ਹਾਂ ਫਿਰ ਸਤੀਸ਼ ਕੌਲ ਸਾਹਿਬ ਸੰਨ 1973 ਵਿੱਚ ਰਾਮਾਨੰਦ ਸਾਗਰ ਸਾਹਿਬ ਦੀ ਫਿਲਮ ਪ੍ਰੇਮ ਪਰਬਤ ਨਾਲ ਵੱਡੇ ਪਰਦੇ 'ਤੇ ਪੇਸ਼ ਹੋਏ। ਸੰਨ 1975 ਵਿੱਚ ਆਈ ਪੰਜਾਬੀ ਫਿਲਮ ਮੋਰਨੀ ਸਤੀਸ਼ ਕੌਲ ਸਾਹਿਬ ਦੀ ਪਹਿਲੀ ਪੰਜਾਬੀ ਫਿਲਮ ਸੀ, ਜਿਸ ਨੇ ਸਤੀਸ਼ ਕੌਲ ਸਾਹਿਬ ਨੂੰ ਰਾਤੋਂ ਰਾਤ ਸੁਪਰ ਸਟਾਰ ਬਣਾ ਦਿੱਤਾ ਅਤੇ ਉਸ ਤੋਂ ਬਾਅਦ ਸਤੀਸ਼ ਕੌਲ ਸਾਹਿਬ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਹ ਹੁਣ ਤੱਕ ਲਗਭਗ 300 ਤੋਂ ਵੀ ਵੱਧ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਨੇ ਅਤੇ ਬਹੁਤ ਸਾਰੇ ਟੀਵੀ ਸੀਰੀਅਲਜ਼ ਵਿੱਚ ਵੀ ਉਹਨਾਂ ਨੇ ਕੰਮ ਕੀਤਾ। ਲੱਛੀ, ਸੈਦਾ ਜੋਗਣ ਅਤੇ ਰਾਣੋ ਵਰਗੀਆਂ ਉਹਨਾਂ ਦੀਆਂ ਸੁਪਰ ਹਿੱਟ ਫਿਲਮਾਂ ਨੇ। ਸਤੀਸ਼ ਕੌਲ ਸਾਹਿਬ ਉਸ ਸਮੇਂ ਪੰਜਾਬੀ ਸਿਨੇਮਾ ਦੀ ਜਾਨ ਬਣ ਗਏ ਸਨ ਅਤੇ ਉਹਨਾਂ ਤੋਂ ਬਿਨਾਂ ਕੋਈ ਵੀ ਪੰਜਾਬੀ ਫਿਲਮ ਅਧੂਰੀ ਮੰਨੀ ਜਾਂਦੀ ਸੀ। ਸਤੀਸ਼ ਕੌਲ ਜੀ ਨੇ ਬਾਲੀਵੁੱਡ ਦੇ ਵੱਡੇ ਐਕਟਰ ਜਿਵੇਂ ਦੇਵਾਨੰਦ, ਦਲੀਪ ਕੁਮਾਰ, ਸ਼ਾਹਰੁਖ ਖਾਨ, ਅਮੀਰ ਖਾਨ ਵਰਗੇ ਸਟਾਰਸ ਨਾਲ ਵੱਖ ਵੱਖ ਫਿਲਮਾਂ ਵਿੱਚ ਕੰਮ ਕੀਤਾ। ਇਸ ਤੋਂ ਬਿਨਾਂ ਸਤੀਸ਼ ਕੌਲ ਜੀ ਲਾਈਫ ਟਾਈਮ ਅਚੀਵਮੈਂਟ ਅਵਾਰਡ ਵੀ ਜਿੱਤ ਚੁੱਕੇ ਆ। ਇਹ ਅਵਾਰਡ ਉਹਨਾਂ ਨੂੰ ਪੰਜਾਬੀ ਸਿਨੇਮਾ ਵਿੱਚ ਉਹਨਾਂ ਦੇ ਯੋਗਦਾਨ ਲਈ PTC ਪੰਜਾਬੀ ਫਿਲਮ ਅਵਾਰਡਸ ਦੇ 2011 ਵਿੱਚ ਮਿਲਿਆ। ਸਤੀਸ਼ ਕੌਲ ਜੀ ਨੂੰ ਸਭ ਤੋਂ ਸਫਲ ਪੰਜਾਬੀ ਫਿਲਮ ਅਭਿਨੇਤਾ ਵੀ ਮੰਨਿਆ ਜਾਂਦਾ, ਜਿਨ੍ਹਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਲਗਾਤਾਰ ਹਿੱਟ ਹੁੰਦੀਆਂ ਰਹੀਆਂ। ਸੋ ਦੋਸਤੋ, ਸਤੀਸ਼ ਕੌਲ ਜੀ ਨੇ ਆਪਣਾ ਪੂਰਾ ਜੀਵਨ ਹੀ ਫਿਲਮ ਇੰਡਸਟਰੀ ਦੇ ਲੇਖੇ ਲਾ ਦਿੱਤਾ, ਪਰ ਉਹਨਾਂ ਨੂੰ ਜੀਵਨ ਵਿੱਚ ਆਪਾਂ ਜੇਕਰ ਗੱਲ ਕਰੀਏ ਤਾਂ ਬਹੁਤਾ ਸੁੱਖ ਨਹੀਂ ਮਿਲਿਆ। ਉਹਨਾਂ ਨੂੰ ਕਾਫੀ ਦੁੱਖ ਭੋਗਣੇ ਪਏ, ਪਰ ਆਖਰ 10 ਅਪ੍ਰੈਲ 2021 ਨੂੰ ਉਹਨਾਂ ਨੇ ਲੁਧਿਆਣਾ ਵਿਖੇ ਆਖਰੀ ਸਾਹ ਲਿਆ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਕੋਰੋਨਾ ਦੀ ਲਪੇਟ ਵਿੱਚ ਆਉਣ ਕਾਰਨ ਉਹਨਾਂ ਦਾ ਦੇਹਾਂਤ ਹੋਇਆ। ਵੈਸੇ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਵੀ ਚੱਲ ਰਹੇ ਸੀ। ਸੋ ਦੋਸਤੋ, ਇਹ ਖਬਰ ਆਉਣ ਤੋਂ ਬਾਅਦ ਪੂਰੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਅਤੇ ਬਾਲੀਵੁੱਡ ਤੱਕ ਵੀ ਬਹੁਤ ਹੀ ਜ਼ਿਆਦਾ ਸੋਗ ਦੀ ਲਹਿਰ ਆ ਅਤੇ ਹਰ ਇੱਕ ਬੰਦਾ ਇਸ ਗੱਲ ਤੋਂ ਦੁਖੀ ਆ, ਕਿਉਂਕਿ ਸਤੀਸ਼ ਕੌਲ ਜੀ ਉਹ ਐਕਟਰ ਸੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਫਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ। ਸੋ ਦੋਸਤੋ, ਸਤੀਸ਼ ਕੌਲ ਜੀ ਦੇ ਸੰਸਾਰ ਵਿੱਚੋਂ ਚਲੇ ਜਾਣ ਨਾਲ ਪੋਲੀਵੁੱਡ ਅਤੇ ਬਾਲੀਵੁੱਡ ਨੂੰ ਬਹੁਤ ਵੱਡਾ ਘਾਟਾ ਪਿਆ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ। ਸੋ ਅਸੀਂ ਆਪਣੇ ਚੈਨਲ 'ਤੇ ਸਾਡੀ ਪੂਰੀ ਟੀਮ ਵੱਲੋਂ ਸਤੀਸ਼ ਕੌਲ ਜੀ ਨੂੰ ਸ਼ਰਧਾਂਜਲੀ ਦਿੰਦੇ ਹਾਂ ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਾਂਗੇ ਕਿ ਵਾਹਿਗੁਰੂ ਜੀ ਸਤੀਸ਼ ਕੌਲ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਅਤੇ ਦੋਸਤੋ, ਤੁਸੀਂ ਇਸ ਵੀਡੀਓ ਹੇਠ ਕਮੈਂਟਾਂ ਵਿੱਚ ਵਾਹਿਗੁਰੂ ਜੀ ਲਿਖ ਕੇ ਸਤੀਸ਼ ਕੌਲ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਜ਼ਰੂਰ ਕਰਿਓ ਅਤੇ ਇਸ ਵੀਡੀਓ ਨੂੰ ਲਾਈਕ ਕਰਕੇ ਤੁਸੀਂ ਸਤੀਸ਼ ਕੌਲ ਜੀ ਨੂੰ ਸ਼ਰਧਾਂਜਲੀ ਦਿਓ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਸਤੀਸ਼ ਕੌਲ ਜੀ ਦੇ ਜੀਵਨ ਅਤੇ ਸੰਘਰਸ਼ ਬਾਰੇ ਜਾਣ ਸਕਣ। ਹੋਰ ਤਾਜ਼ਾ ਅਪਡੇਟਸ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਆ ਰਹੇ ਬੈਲ ਬਟਨ 'ਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਜੀ, ਇੰਨੇ ਸ਼ਬਦਾਂ ਨਾਲ ਲੈਂਦੇ ਹਾਂ ਜੀ, ਮਿਲਦੇ ਕਿਸੇ ਹੋਰ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।